subscribe our channel for latest updates. ਉਪਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਸਿਖਰਾਂ ਤੇ ਆ। ਉੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਹਲਕੇ ਕਾਦੀਆਂ ਦੇ ਪਿੰਡ ਤੁਗਲਵਾਰ ਵਿੱਚ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਇਸ ਮੀਟਿੰਗ ਦੇ ਵਿੱਚ ਸੁਨੀਲ ਜਾਖੜ ਦੇ ਹੱਕ ਵਿੱਚ ਪ੍ਰਚਾਰ ਕਰਦੇ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਬਾਜਵਾ ਵੀ ਉਪ ਚੋਣ ਦੇ ਵਿੱਚ ਟਿਕਟ ਦੀ ਦਾਅਵੇਦਾਰ ਸੀ, ਪਰ ਟਿਕਟ ਨਾ ਮਿਲਣ ਦੇ ਕਾਰਨ ਪ੍ਰਤਾਪ ਸਿੰਘ ਬਾਜਵਾ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ, ਜਿਸ ਦੇ ਕਾਰਨ ਉਹ ਚੋਣ ਪ੍ਰਚਾਰ ਵਿੱਚ ਦਿਖਾਈ ਨਹੀਂ ਦਿੱਤੇ। ਪਰ ਅੱਜ ਪ੍ਰਤਾਪ ਸਿੰਘ ਬਾਜਵਾ ਦਾ ਚੋਣ ਪ੍ਰਚਾਰ ਵਿੱਚ ਸ਼ਾਮਿਲ ਹੋਣਾ ਕਾਂਗਰਸ ਪਾਰਟੀ ਦੇ ਲਈ ਵੱਡਾ ਲਾਭ ਹੋ ਸਕਦਾ ਹੈ। ਉੱਥੇ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਉਹ ਸੁਨੀਲ ਜਾਖੜ ਦੇ ਨਾਲ ਨੇ ਅਤੇ ਉਹਨਾਂ ਨੂੰ ਜਿੱਤਾ ਕੇ ਹੀ ਭੇਜਣਗੇ। ਮੈਂ ਸਾਰੇ ਸਮੁੱਚੇ ਗੁਰਦਾਸਪੁਰ ਦੇ ਵਿੱਚ ਸਮੁੱਚੇ ਵੋਟਰਸ, ਹਰ ਵਰਗ ਨੂੰ, ਆਪਣੀ ਭੈਣ ਨੂੰ, ਮਾਂ ਨੂੰ, ਨੌਜਵਾਨ ਸਾਥੀ ਨੂੰ, ਬਜ਼ੁਰਗ ਨੂੰ ਬੇਨਤੀ ਕਰਾਂਗਾ ਕਿ ਸੁਨੀਲ ਜਾਖੜ ਜੀ ਨੂੰ ਕਾਮਯਾਬ ਕਰਕੇ ਘੱਲੋ। 6 ਮਹੀਨੇ ਅਜੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦੇ ਹੋਏ ਨੇ, 4.5 ਸਾਲ ਅਜੇ ਬਕਾਇਆ ਨੇ। ਅਸੀਂ ਦੋਨੋਂ ਭਰਾ ਇਹ ਲੋਕ ਸਭਾ ਦੇ ਵਿੱਚ, ਮੈਂ ਰਾਜ ਸਭਾ 'ਚ, ਹਰ ਪੰਜਾਬ ਦੇ ਹਰ ਵਰਗ ਦੀ, ਭਾਵੇਂ ਛੋਟੇ ਕਾਰਖਾਨੇਦਾਰ ਦੀ ਹੋਏ, ਭਾਵੇਂ ਖੇਤ ਮਜ਼ਦੂਰ ਦੀ ਲੜਾਈ ਹੋਏ, ਭਾਵੇਂ ਕਿਸਾਨੀ ਦੀ ਹੋਏ, ਭਾਵੇਂ ਕਿਸੇ ਵਰਗ ਨਾਲ ਜੁੜੀ ਹੋਏ, ਅਸੀਂ ਤੁਹਾਡੀ ਆਵਾਜ਼ ਬਣਾਂਗੇ। ਕਾਮਯਾਬ ਸਾਨੂੰ ਕਰੋ ਅਤੇ ਇਸ ਗੱਲ ਦੇ ਨਾਲ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਗੁਰਦਾਸਪੁਰ ਇੱਕ ਇਤਿਹਾਸਿਕ ਫੈਸਲਾ ਕਾਂਗਰਸ ਅਤੇ ਸੁਨੀਲ ਜਾਖੜ ਜੀ ਦੇ ਹੱਕ 'ਚ ਦੇਵੇਗਾ ਅਤੇ ਬਾਕੀ ਜਿਹੜੀਆਂ ਆਸਾਂ ਉਮੀਦਾਂ ਲੋਕਾਂ ਦੀਆਂ ਸਾਡੇ 'ਤੇ ਹੈ ਨੇ, ਅਸੀਂ ਪੂਰਨ ਉਹਦੇ 'ਤੇ ਉਤਰਾਂਗੇ। ਇੰਨਾ ਹੀ ਮੈਂ ਅਪੀਲ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਵੀ ਕਰਾਂਗਾ ਕਿ ਇਸ ਕਿਸਮ ਦੇ ਕੰਮ ਦੇ ਵਿੱਚ ਉਹਨਾਂ ਦੀ ਦਖਲਅੰਦਾਜ਼ੀ ਜ਼ਰੂਰ ਹੋਣੀ ਚਾਹੀਦੀ। ਦੂਸਰੀ ਗੱਲ, ਮੈਂ ਆਪਣੇ ਪ੍ਰਧਾਨ ਜੀ ਜਿਹੜੀ ਸੁਨੀਲ ਜਾਖੜ ਜੀ ਨੇ ਗੱਲ ਕਹੀ ਉਹਦੇ ਨਾਲ ਬਿਲਕੁਲ ਮੁਤਫਿਕ ਹਾਂ ਕਿ ਇਹ ਚੀਜ਼ ਜਿਹੜੀ ਹੈ ਸੋਸ਼ਲ ਮੀਡੀਆ 'ਤੇ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਇਹਨੂੰ ਬਹੁਤ ਜ਼ਿਆਦਾ ਆਪਾਂ ਆਪਣੇ ਬੱਚਿਆਂ ਦੇ ਵਿੱਚ ਜਾਂ ਦੂਸਰੇ ਪਾਸੇ ਪ੍ਰਚਲਿਤ ਨਹੀਂ ਕਰਨਾ ਚਾਹੀਦਾ। ਇਹ ਜਿਹੜੀ ਜਮਾਤ ਹੈ, ਜਿਸ ਪਾਰਟੀ ਨੂੰ ਰਿਪ੍ਰੈਜੈਂਟ ਸੁੱਚਾ ਸਿੰਘ ਲਗਾ ਕਰਦੇ ਨੇ, ਉਹਨਾਂ ਦੀ ਲੀਡਰਸ਼ਿਪ ਦਾ ਅੱਜ ਫਰਜ਼ ਹੈ ਉਸ ਦਾ ਜਵਾਬ ਦੇਣ। ਐਡਾ ਵੱਡਾ ਕੁਕਰਮ ਹੋਇਆ ਉਹਦੇ ਵਾਸਤੇ ਅੱਜ ਸੁਖਬੀਰ ਸਿੰਘ ਬਾਦਲ ਅਤੇ ਵਿਸ਼ੇਸ਼ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਨੇ 34 ਸਾਲ ਲਗਾਤਾਰ ਸੁੱਚਾ ਸਿੰਘ ਲੰਘਾ ਹੋਣਾ ਨੂੰ ਜ਼ਿਲ੍ਹੇ ਦਾ ਜਥੇਦਾਰ ਥਾਪਿਆ ਸੀ, ਅੱਜ ਸਤਾ ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬ ਦੀ ਹਰ ਨੌਜਵਾਨ ਬੱਚੀ ਤੁਹਾਡੇ ਕੋਲ ਇਸ ਗੱਲ ਦਾ ਜਵਾਬ ਮੰਗਦੀ ਹੈ ਕਿ ਤੁਸੀਂ ਜਵਾਬ ਦਿਓ। ਲੋਕਾਂ ਦੇ ਮੁੱਦੇ ਹੈ ਮਹਿੰਗਾਈ, ਲੋਕਾਂ ਦਾ ਮੁੱਦਾ ਹੈ GST, ਲੋਕਾਂ ਦਾ ਮੁੱਦਾ ਹੈ ਨੋਟਬੰਦੀ, ਨੌਜਵਾਨਾਂ ਦਾ ਮੁੱਦਾ ਹੈ ਬੇਰੋਜ਼ਗਾਰੀ, ਕਿਸਾਨਾਂ ਦਾ ਹੈ ਸਾਡੇ 'ਤੇ ਜਿਹੜੀ ਆ ਬੋਝ ਪਿਆ ਖੜਾ ਹੈ, ਇਹਦੇ ਵਾਸਤੇ ਇਹਨਾਂ ਮੁੱਦਿਆਂ 'ਤੇ ਗੱਲ ਕਰਨ। ਮੈਂ ਤੁਹਾਡੇ ਰਾਹੀਂ ਫਿਰ ਸਾਡੇ ਜਿਹੜੇ ਇੱਥੋਂ BJP ਦੇ ਉਮੀਦਵਾਰ ਆ ਉਹਨੂੰ ਮੈਂ ਉਹਨਾਂ ਨੂੰ ਚੇਤਾਵਨੀ ਇੱਕ ਪਾਸੇ ਚੈਲੇਂਜ ਦੇਣਾ ਚਾਹੁੰਦਾ ਵੀ ਆ ਕੇ ਕਿਤੇ ਗੱਲ ਕਰਨ, ਮੁੱਦਿਆਂ 'ਤੇ ਗੱਲ ਕਰਨ। ਉਹ ਆਪਣਾ ਵੈਨਿਊ ਪਿੱਕ ਕਰ ਲੈਣ, ਬਟਾਲਾ ਠੀਕ ਲੱਗਦਾ, ਗੁਰਦਾਸਪੁਰ ਠੀਕ ਲੱਗਦਾ, ਪਠਾਨਕੋਟ ਠੀਕ ਲੱਗਦਾ, ਉੱਥੇ ਜਾ ਕੇ ਮੁੱਦਿਆਂ ਦੇ ਉੱਤੇ ਬਹਿਸ ਕਰਨ। ਜੇ ਉਹਨਾਂ ਨੂੰ ਕਿਸਾਨੀ ਮੁੱਦੇ 'ਤੇ ਗੱਲ ਨਹੀਂ ਸੋਚਦੀ ਤਾਂ ਉਹ ਵਪਾਰੀਆਂ ਦੀ ਗੱਲ ਕਰ ਲੈਣ, ਜੇ ਨੌਜਵਾਨਾਂ ਦੀ ਗੱਲ ਨਹੀਂ ਉਹਨਾਂ ਨੂੰ ਕੁਝ ਠੀਕ ਲੱਗਦੀ ਤਾਂ ਉਹ ਨੋਟਬੰਦੀ 'ਤੇ ਗੱਲ ਕਰ ਲੈਣ, ਪਰ ਗੱਲ ਕਰਨ, ਲੋਕਾਂ ਕੋਲ ਪਤਾ ਲੱਗੇ ਵੀ ਕਿਹੜੇ ਬੰਦੇ ਨੂੰ ਵੋਟਾਂ ਪਾ ਰਹੇ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।